ਮਿਲਿਓ ਇੱਕ ਜੋ ਸਾਧੂ, ਇੱਕ ਜੋ ਸਾਧੂ ਮਿਲਿਓ ਮੋਹੇ ਮਿਲਿਓ, ਇੱਕ ਜੋ ਸਾਧੂ, ਇੱਕ ਜੋ ਸਾਧੂ ਸੰਤ ਰੱਬ ਦੇ ਲਾਡਲੇ, ਸੰਤ ਰੱਬ ਦੇ ਪੂਤ, ਸੰਤ ਨਾ ਆਉਂਦੇ ਜਗਤ ਵਿੱਚ ਰੱਬ ਵੀ ਆਂਦਾ ਆਪ,
ਜੋ ਸਾਧੂ ਮੋਹੇ ਮਿਲਿਓ ਤਨ ਲੀਆ ਆਂਚਲ ਲਾਏ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਕਬੀਰ ਜਮ ਕਾ ਠੇਂਗਾ ਮੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਈ ਪਰਮ ਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਸਤ ਸੰਗਤ ਗੁਰੂਆਂ ਦੇ ਗੁਰੂ ਪ੍ਰਤੱਖ ਸਤਿਗੁਰੂ ਜਿਨ੍ਹਾਂ ਦੇ ਪਾਵਨ ਔਰ ਪਵਿੱਤਰ ਚਰਨਾਂ ਵਿੱਚ ਜੁੜ ਬੈਠ ਕੇ ਕਈ ਰੋਜ਼ ਤੋਂ ਮਹਾਂਪੁਰਸ਼ਾਂ ਦੇ ਬਾਬਾ ਜੀਆਂ ਦੀ ਯਾਦ ਵਿੱਚ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾਂ ਵਾਲੇ ਦਾਸ ਦੇ ਗੁਰਦੇਵ ਧੰਨ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਜਿਨ੍ਹਾਂ ਦੀ ਯਾਦ ਵਿੱਚ ਸਾਲਾਨਾ ਸਮਾਗਮ ਇਸ ਅਸਥਾਨ ਦੇ ਉੱਪਰ ਦਾਸ ਦੇ ਸਮੇਤ ਆਪਾਂ ਸਾਰਿਆਂ ਨੂੰ ਸਤਸੰਗ ਦੀਆਂ ਘੜੀਆਂ ਉਹ ਨਸੀਬ ਹੁੰਦੀਆਂ ਨੇ ਸੋ ਹਰ ਸਾਲ ਦੀ ਤਰ੍ਹਾਂ ਜੋ ਸੱਤ ਦੀਵਾਨਾਂ ਦਾ ਸਮਾਂ ਅੱਜ ਛੇਵਾਂ ਦੀਵਾਨ ਗੁਰਮਤਿ ਦੇ ਵਿਚਾਰ ਅਨੁਸਾਰ ਗੁਰਮਤਿ ਦੀਆਂ ਵਿਚਾਰਾਂ ਦੇ ਨਾਲ ਆਪਣੀ ਸੰਪੂਰਨਤਾਈ ਵੱਲ ਜਾ ਰਿਹਾ ਹੈ ਦਾਸ ਤੋਂ ਪਹਿਲਾਂ ਮੇਰੇ ਅਤਿ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਜੋ ਆਪ ਜੀਆਂ ਨੂੰ ਗੁਰਮਤਿ ਦੀਆਂ ਵਿਚਾਰਾਂ ਅਕਥ ਕਥਾ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਜੈਸੀ ਸਤਿਗੁਰਾਂ ਨੇ ਮਤ ਬੁੱਧ ਬਖਸ਼ੀ ਹੈ ਔਰ ਜੈਸਾ ਆਪਣੇ ਜੀਵਨ ਕਾਲ ਦੇ ਵਿੱਚ ਸਤਿਪੁਰਸ਼ਾਂ ਦੇ ਸੇਵਾ ਕਰਕੇ ਉਹਨਾਂ ਦੇ
ਅਨਣ ਸੇਵਕ ਬਣ ਕੇ ਉਹਨਾਂ ਦੇ ਚਰਨਾਂ ਦੇ ਵਿੱਚੋਂ ਔਰ ਉਹਨਾਂ ਦੇ ਬਚਨਾਂ ਨੂੰ ਕਮਾ ਕੇ ਜੋ ਬਦੌਲਤ ਹੈ, ਜੋ ਖਜ਼ਾਨਾ ਹੈ, ਜਿਵੇਂ ਸਾਡੇ ਕੋਲ ਖਜ਼ਾਨਾ ਹੁੰਦਾ ਨਾ, ਕੋਈ ਸਾਡੇ ਵੱਡੇ ਬਜ਼ੁਰਗ ਜਾਂ ਸਾਡੇ ਪਿਤਾ ਸਮਾਨ ਉਹ ਮਿਹਨਤ ਕਰਦੇ ਨੇ, ਸੰਸਾਰੀ ਧਨ ਜੋੜਦੇ ਆ। ਇਸੇ ਤਰ੍ਹਾਂ ਸਤਿਪੁਰਸ਼ਾਂ ਕੋਲ ਦਰਗਾਹੀ ਖਜ਼ਾਨਾ ਹੋਇਆ ਕਰਦਾ। ਦਰਗਾਹੀ ਖਜ਼ਾਨੇ ਦੇ ਵਿੱਚੋਂ ਕੁਝ ਸਾਧ ਸੰਗਤ ਜੀ ਆਪ ਜੀਆਂ ਦੀ ਝੋਲੀ ਵਿੱਚ ਉਹ ਖਜ਼ਾਨਾ ਪਾ ਰਹੇ ਸਨ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ। ਤੋ ਸਾਧ ਸੰਗਤ, ਜਿਨ੍ਹਾਂ ਮਹਾਂਪੁਰਖਾਂ ਦੀ ਆਪਾਂ ਯਾਦ ਵੀ ਜੁੜ ਬੈਠੇ ਹਾਂ, ਸਾਧ ਕੀ ਮਹਿਮਾ ਵੇਦ ਨਾ ਜਾਣਾ ਹੈ, ਜੇਤਾ ਸੁਣੈ ਤੇਤਾ ਮੱਖਿਆ ਨਹੀਂ। ਸਾਧੂ ਦੀ ਉਪਮਾ ਕਰਨੀ ਇਹ ਜੀਵਾ ਕਰ ਨਹੀਂ ਸਕਦੀ, ਜੇਵਾ ਇਹ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਈਏ। ਬੜੀ ਮਹਾਨ ਬਖਸ਼ਿਸ਼ ਹੋਈ ਉਸ ਅੰਮ੍ਰਿਤਮਈ ਬਾਣੀ ਦਾ, ਮੇਘ ਵਰਸ ਰਿਹਾ ਸੀ। ਕੈਸਾ ਆਨੰਦ ਹੈ, ਆਨੰਦੋ ਆਨੰਦ ਕਣਾ ਸੋ ਪ੍ਰਭ ਡੀਠਾ ਰਾਮ। ਕਿਉਂਕਿ ਕਮਾਈ ਵਾਲੇ ਮਹਾਂਪੁਰਖ ਜਿਨ੍ਹਾਂ ਦੀਆਂ ਕਮਾਈਆਂ ਕੀਤੀਆਂ ਉਹ ਜਾਂਦੀਆਂ ਨਹੀਂ, ਅਜਾਈ ਨਹੀਂ ਜਾਂਦੀਆਂ। ਅੱਜ ਵੀ ਮੇਰੇ ਬਾਬਾ ਜੀ ਦੀ ਕੀਤੀ ਹੋਈ ਕਮਾਈ ਆਪ ਤੱਕ ਰਹੇ ਹੋ। ਜਦੋਂ ਬਾਬਾ ਜੀ ਮੇਰੇ ਕੋਲ ਆਏ, ਅੰਦਰ ਬੈਠੇ, ਵਿਚਾਰਾਂ ਚੱਲ ਰਹੀਆਂ ਸੀ, ਬਾਬਾ ਜੀ ਸ਼੍ਰੀਮਾਨ ਸੰਤ ਬਾਬਾ ਸਤਪਾਲ ਸਿੰਘ ਜੀ ਦੀ ਸੇਵਾ ਕਰ ਉਸ ਭਾਗ ਪ੍ਰਾਪਤ ਹੋਏ ਹੈ। ਕਹਿੰਦੇ ਸਾਡੇ ਮਹਾਂਪੁਰਖ ਕਹਿੰਦੇ ਜੇ ਸਾਨੂੰ ਕੋਈ ਪੁੱਛ ਲਵੇ ਕਿ ਤੁਸੀਂ ਰੱਬ ਦੇਖਿਆ, ਅਸੀਂ ਕਹਿੰਦੇ ਡਾਂਕੇ ਦੀ ਚੋਟ ਨਾ ਕਹਾਂਗੇ, ਹਾਂ ਦੇਖਿਆ ਹੈ। ਸਾਨੂੰ ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰ ਖੁਵਾਲ ਵਾਲੇ ਜੇ ਸਰੀਰ ਕਰਕੇ ਇਸ ਮਾਤ ਲੋਕ 'ਤੇ ਉਹਨਾਂ ਦੇ ਦੀਦਾਰ ਹੋਏ ਅਤੇ ਉਹਨਾਂ ਦੇ ਦੀਦਾਰ ਵਿੱਚੋਂ ਸਾਨੂੰ ਰੱਬ ਮਿਲ ਗਿਆ। ਬੋਲੋ ਸਤਨਾਮ। ਫਿਰ ਦਾਸ ਨੂੰ ਸਿਆੜ ਵਾਲੇ ਬਾਬਾ ਜੀਆਂ ਦਾ ਬਚਨ ਯਾਦ ਆਇਆ। ਮੈਂ ਕਿਹਾ ਬਾਬਾ ਜੀਆਂ ਨੂੰ ਵੀ ਇੱਕ ਨੇ ਬਚਨ ਕੀਤਾ ਸੀ, ਬਾਬਾ ਜੀ ਤੁਹਾਨੂੰ ਰੱਬ ਮਿਲਿਆ, ਤੁਸੀਂ ਰੱਬ ਦੇਖਿਆ? ਬਾਬਾ ਜੀ ਕਹਿੰਦੇ ਹਾਂ ਭਾਈ, ਅਸੀਂ ਤਾਂ ਰੱਬ ਦੇਖ ਲਿਆ। ਕਹਿੰਦੇ ਮੈਨੂੰ ਵੀ ਦਿਖਾ ਦਿਓ। ਬਾਬਾ ਜੀ ਕਹਿੰਦੇ ਪਰਸੋਂ ਨੂੰ ਆ ਜਾਈ। ਅਤੇ ਸਾਧ ਸੰਗਤ ਜੀ ਜਦੋਂ ਪਰਸੋਂ ਨੂੰ ਉਹ ਦਿਨ ਆਇਆ, ਸਿਆੜ ਦੀ ਧਰਤੀ 'ਤੇ ਗਿਆ। ਬਾਬਾ ਜੀ ਨੇੜੇ ਪੈਲ ਦੇ ਨਗਰ ਹੈ, ਅਲੂਣੇ ਗਏ ਹੋਏ ਸੀ। ਉੱਥੇ ਸਕੂਲ ਦੀ ਸੇਵਾ ਹੋ ਰਹੀ ਸੀ, ਰਸਤੇ ਦੀ ਸੇਵਾ ਹੋ ਰਹੀ ਸੀ। ਜਦੋਂ ਪ੍ਰੇਮੀ ਗਿਆ ਨਾ, ਜਾ ਕੇ ਨਮਸਕਾਰ ਕੀਤੀ, ਕਹਿੰਦੇ ਬਾਬਾ ਜੀ ਤੁਸੀਂ ਕਿਹਾ ਸੀ ਪਰਸ ਨੂੰ ਆ ਜੀ, ਤੈਨੂੰ ਰੱਬ ਦਿਖਾਵਾਂਗੇ, ਮੈਂ ਰੱਬ ਦੇਖਣ ਆਇਆ। ਬਾਬਾ ਜੀ ਕਹਿੰਦੇ ਗੁਰਮੁਖਾ, ਜਿਹੜੇ ਆ 200-250 ਸ੍ਰੀ ਸੇਵਾ ਕਰਦੇ ਨੇ, ਮੇਰਾ ਕੋਈ ਬਲੱਡ ਦਾ ਇਹਨਾਂ ਦਾ ਕਨੈਕਸ਼ਨ ਨਹੀਂ, ਮੇਰੇ ਕੋਈ ਚਾਚੇ ਕੋਈ ਤਾਏ ਦਾ ਕੋਈ ਨਹੀਂ, ਮੇਰਾ ਕੋਈ ਨਹੀਂ। ਇਹ ਕਹਿੰਦੇ ਜੇ ਹੈ ਤਾਂ ਰੱਬ ਦੇ ਭੇਜੇ ਨੇ, ਇਹ ਸਾਰੇ ਰੱਬ ਦਾ ਰੂਪ ਹੀ ਨੇ। ਬੋਲੋ ਸਤਨਾਮ। ਵਾਹਿਗੁਰੂ। ਇਹ ਸਾਰਾ ਰੱਬ ਹੀ ਆ, ਦੇਖ ਲਾ ਤੇਰੇ ਸਾਹਮਣੇ ਰੱਬ ਹੈ। ਮਾਫ਼ ਕਰਨਾ, ਮੈਂ ਵਡਿਆਈ ਨਹੀਂ ਕਰ ਰਿਹਾ। ਕੱਲ੍ਹ ਵੀ ਸਮਾਂ, ਅੱਜ ਵੀ ਸਮਾਂ, ਅੱਜ ਪੰਜਵਾਂ ਦੀਵਾਨ ਹੈ, ਅੱਜ ਜਿੰਨੀਆਂ ਸੰਗਤਾਂ ਬੈਠੀਆਂ ਨੇ, ਮੈਂ ਕਿਸੇ ਦੇ ਘਰ ਜਾ ਕੇ ਤਾਂ ਸੱਦਾ ਪੱਤਰ ਨਹੀਂ ਦਿੱਤਾ ਨਾ, ਕੋਈ ਅਲਾਊਸਮੈਂਟ ਨਹੀਂ ਕੀਤੀ ਨਗਰਾਂ ਦੇ ਵਿੱਚ।
ਤੇ ਸਾਧ ਸੰਗਤ ਇਹ ਤੁਹਾਡਾ ਤੇ ਬਾਬਾ ਜੀ ਦਾ ਪਿਆਰ ਹੈ, ਪਿਆਰ ਦਾ ਸਦਕਾ ਆਪ ਜੀ ਇਸ ਸਥਾਨ ਤੇ ਆਏ ਹੋ। ਉੱਤਮ ਕਰਮਾਂ ਦੀ ਨਿਸ਼ਾਨੀ ਹੈ ਤੁਹਾਡੇ ਨਾਲ, ਇਸ ਗੰਦਗੀ ਦੇ ਪੁਤਲੇ ਦੇ ਵੀ ਉੱਤਮ ਕਰਮ ਬਣ ਗਏ ਨੇ। ਬੋਲੋ ਸਤਨਾਮ। ਤੁਹਾਡੇ ਨਾਲ ਰਲ ਕੇ ਮੈਨੂੰ ਵੀ ਕਮਾਈ ਵਾਲੇ ਮਹਾਂਪੁਰਖਾਂ ਦੇ ਚਰਨ ਛੋਹ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋ ਗਿਆ। ਜੇ ਅੱਜ ਮੈਨੂੰ ਕੋਈ ਪੁੱਛੇ ਤੈਨੂੰ ਰੱਬ ਮਿਲਿਆ ਤੇ ਰੱਬ ਦੇਖਿਆ, ਮੈਂ ਸਰੀਰ ਦੇ ਜਾਮੇ ਵਿੱਚ, ਇਹ ਮਨੁੱਖੇ ਜਾਮੇ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੂੰ ਰੱਬ ਦੇਖਿਆ। ਬੋਲੋ ਸਤਨਾਮ ਵਾਹਿਗੁਰੂ। ਜੇ ਅੱਜ ਦੇ ਸਮੇਂ ਵਿੱਚ ਆਹ ਘੜੀਆਂ ਦੇ ਵਿੱਚ ਤੇ ਰੱਬ ਦੇਖਣਾ ਕਿ ਰੱਬ ਦੀ ਨਿਸ਼ਾਨੀ ਕੀ ਹੈ, ਲੰਗਰਾਂ ਵਿੱਚ ਜਾ ਕੇ ਦੇਖੋ, ਕੱਲ੍ਹ ਪੂਰੀਆਂ ਛੋਲੇ, ਅੱਜ ਸਾਧ ਸੰਗਤ ਜੀ ਖੀਰ ਪੂੜੇ ਚੱਲਦੇ ਨੇ, ਇਹ ਰੱਬ ਨਹੀਂ ਤਾਂ ਹੋਰ ਹੈ ਕੌਣ। ਬੋਲੋ ਸਤਨਾਮ ਵਾਹਿਗੁਰੂ। ਉਤਸ਼ਾਹ ਦੇ ਨਾਲ ਵਾਸੀਆਂ ਤੋਂ, ਪੜੈਣ ਤੋਂ, ਹੋਰ ਇਲਾਕੇ ਤੋਂ ਸੰਗਤਾਂ ਜਿੰਨੀਆਂ ਵੀ ਆਉਂਦੀਆਂ, ਇਹ ਬਾਬਾ ਜੀ ਦੀ ਬਖਸ਼ੀ ਹੋਈ ਮਰਿਆਦਾ ਹੈ। ਸੋ ਆਓ, ਬਾਬਾ ਜੀਆਂ ਨੇ ਬਾਬਾ ਆਨੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ। ਬਾਬਾ ਜੀਆਂ ਦਾ ਜਨਮ ਆਪ ਜੀ ਜਾਣਦੇ ਸੜ ਦੀ ਧਰਤੀ 'ਤੇ 1906 ਦੇ ਵਿੱਚ ਹੋਇਆ। ਬਾਬਾ ਜੀ ਨੇ ਮੁੱਢਲੀ ਜੀਵਨ ਦਾਤ ਨਗਰ ਦੇ ਵਿੱਚੋਂ ਹੀ ਬਾਬਾ ਗਿਆਨਦਾਸ ਤੋਂ ਪ੍ਰਾਪਤ ਹੋਈ। ਉਹ ਗਿਆਨਦਾਸ ਨੇ ਜਦੋਂ ਬਾਬਾ ਜੀ ਦਾ ਆਹ ਭਾਵ ਦੇਖਿਆ ਤੇ ਸਾਧ ਸੰਗਤ ਇਤਨੇ ਪਿਆਰ ਦੇ ਵਿੱਚ, ਇੰਨਾ ਪਿਆਰ ਦਿੱਤਾ, ਇੰਨਾ ਪਿਆਰ ਬਖਸ਼ਿਆ ਕਿ ਬਾਬਾ ਜੀ ਨੂੰ ਉਹਨੇ ਆਪਣਾ ਬਣਾ ਲਿਆ। ਕਈ ਵਾਰ ਮੈਂ ਆਪ ਜੀ ਅਨੱਗੇ ਬਚਨਾਂ ਦੀ ਸਾਂਝ ਕੀਤੀ ਤੇ ਬਾਬਾ ਜੀਆਂ ਨੇ ਆਪਣੇ ਪਿਤਾ ਜੀ ਨਾਲ ਖੇਤੀ ਕਰਾਈ ਨਾ, ਬਾਬਾ ਗਿਆਨਦਾਸ ਜੀਆਂ ਨੇ ਉੱਥੇ ਜਾ ਕੇ ਪੁੱਛਣਾ, ਕਾਕਾ ਤੇ ਨਿਤਨੇਮ ਕਰ ਲਿਆ? ਗਿਆਨਦਾਸ ਨੇ ਪੁੱਛਣਾ, ਕਾਕਾ ਤੇ ਨਿਤਨੇਮ ਕਰ ਲਿਆ? ਨੇ ਕੌਣ ਪੁੱਛਦਾ ਸਾਧ ਸੰਗਤ? ਇੱਥੋਂ ਤੱਕ ਵੀ ਕਹਿ ਦਿੱਤਾ ਸੀ ਬਾਬਾ ਜੀਆਂ ਦੇ ਪਿਤਾ ਸਰਦਾਰ ਅਮਰ ਸਿੰਘ ਜੀਆਂ ਨੂੰ, ਕਹਿਣ ਲੱਗੇ ਠੀਕ ਹੈ ਸੰਸਾਰ ਦੇ ਵਿੱਚ ਗੁਰੂ ਚੇਲੇ ਦੀ ਜੋ ਰਸਮ ਚੱਲੀ ਆ ਰਹੀ ਹੈ ਸੇਵਕ ਤੇ ਸਵਾਮੀ ਦੀ, ਸੇਵਕ ਬੇਨਤੀ ਕਰਦਾ ਮਹਾਰਾਜ ਜੀ ਮੇਰੇ 'ਤੇ ਕਿਰਪਾ ਕਰੋ, ਮੈਨੂੰ ਬਖਸ਼ ਲਓ, ਮੈਨੂੰ ਸੰਸਾਰ ਤੋਂ ਤਾਰ ਦਿਓ। ਪਰ ਕਹਿੰਦੇ ਜੋ ਤੁਹਾਡੇ ਆ ਬਾਬਾ ਜੀ ਵੱਲ ਇਸ਼ਾਰਾ ਕਰਕੇ ਬਾਬਾ ਗਿਆਨਦਾਸ ਜੀ ਕਹਿੰਦੇ ਨੇ, ਕਹਿੰਦੇ ਦੇਖੋ ਕੈਸੀ ਅਕਾਲ ਪੁਰਖ ਵਾਹਿਗੁਰੂ ਦੀ ਇਹ ਲੀਲਾ ਹੈ, ਕੈਸਾ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਜੇ ਮੈਂ ਇਹਨੂੰ ਦਰਗਾਹ ਦੇ ਵਿੱਚੋਂ, ਜੇ ਮੈਂ ਸੰਸਾਰ ਵਿੱਚੋਂ ਤਰਨਾ, ਮੈਂ ਤੁਹਾਡੇ ਲੜਕੇ ਨੂੰ ਨਹੀਂ, ਮੇਰੀ ਮੁਰਾਦ ਧੰਨ ਧੰਨ ਸ਼੍ਰੀ ਗੁਰੂ ਬਾਬਾ ਜੀ ਸਿਆੜ ਸਾਹਿਬ ਵਾਲੇ ਉਹਨਾਂ ਨੂੰ ਨਹੀਂ, ਮੈਨੂੰ ਬਾਬਾ ਜੀ ਸਿਆੜ ਸਾਹਿਬ ਵਾਲੇ ਇਸ ਲੜਕੇ ਨੇ ਭਵਜਲ ਤੋਂ ਤਾਰਨਾ। ਬੋਲੋ ਸਤਨਾਮ ਵਾਹਿਗੁਰੂ। ਇੰਨੀ ਕਮਾਈ ਦੇ ਮਾਲਕ ਹੋਣ, ਉਹਨਾਂ ਨੇ ਮੈਨੂੰ ਤਾਰਨਾ ਹੈ। ਤੋ ਇਸ ਕਰਕੇ ਸਾਧ ਸੰਗਤ ਬਾਬਾ ਜੀਆਂ ਦੀ ਕਮਾਈ ਅਥਾਹ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਜਾਣਨਾ। ਆਪ ਜੀ ਥੋੜ੍ਹਾ ਹੀ ਸਮਾਂ ਹੋਇਆ, ਕੁਝ ਦਿਨ ਹੀ ਹੋਏ ਨੇ, ਅਜੇ 28 ਤਰੀਕ ਦੀ ਵਰਸੀ ਲੰਘ ਕੇ ਗਈ ਹੈ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੀ। ਬਹੁਤ ਵੱਡਾ ਉਦਮ ਤੇ ਉਪਰਾਲਾ ਕੀਤਾ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ, ਉੱਤਮ ਪੁਸਤਕ ਭੰਡਾਰ ਵਾਲੇ, ਜਿਨ੍ਹਾਂ ਨੇ ਬਾਬਾ ਜੀ ਦਾ ਜੀਵਨ ਤੇ ਬਾਬਾ ਜੀ ਦੇ ਅਮੋਲਕ ਬਚਨਾਂ ਦੀ ਇੱਕ ਪੁਸਤਕ ਤਿਆਰ ਕੀਤੀ ਹੈ। ਉਹਦੇ ਵਿੱਚ ਆਰੰਭਤਾ ਦੇ ਵਿੱਚ ਬਾਬਾ ਜੀਆਂ ਦਾ ਜੀਵਨ ਹੈ ਕਿ ਬਾਬਾ ਜੀ ਕਿਸ ਤਰ੍ਹਾਂ ਸੰਸਾਰ ਵਿੱਚ ਆਏ,
ਕਿਸ ਤਰ੍ਹਾਂ ਸੰਸਾਰ ਵਿੱਚ ਆ ਕੇ ਕਿਵੇਂ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੇ ਨਾਲ ਮਿਲਾਪ ਹੋਇਆ। ਅੱਜ ਸਿਆੜ ਦੀ ਧਰਤੀ ਤੇ ਜੇ ਦਾਸ ਜਾਂਦਾ ਸਾਧ ਸੰਗਤ, ਅੱਜ ਵੀ ਜਦੋਂ ਬਾਬਾ ਜੀ ਦੀ ਸੰਗਤ ਪ੍ਰਾਪਤ ਹੋਈ ਉਹ ਤਾਂ ਆਨੰਦ ਦੇਖਿਆ ਹੀ ਹੈ, ਅੱਜ ਵੀ ਆਨੰਦ ਵਰਤ ਰਿਹਾ। ਕਿਉਂ ਵਰਤੇ ਵੀ ਕਿਉਂ ਨਾ, ਕਿਉਂਕਿ ਜਨਮ ਮਨੁੱਖਾ ਸੀ ਪਰ ਜਿਹੜੀ ਅਗਾਮੀ ਉਹ ਸ਼ਕਤੀਆਂ ਉਹ ਜੋਤ ਸੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਸੀ। ਬੋਲੋ ਸਤਨਾਮ। ਰੱਬ ਆਪ ਧਰਤੀ ਤੇ ਆਇਆ ਸਾਧੂਆਂ ਦਾ ਰੂਪ ਧਾਰ ਕੇ, ਧਰਤੀ ਤੇ ਆਇਆ ਸਾਧੂਆਂ ਦਾ ਰੂਪ ਧਾਰ ਕੇ, ਰੱਬ ਆਪ ਧਰਤੀ ਤੇ ਆਇਆ ਸਾਧੂਆਂ ਦਾ ਰੂਪ ਧਾਰ ਕੇ, ਰੱਬ ਆਪ ਧਰਤੀ ਤੇ ਆਇਆ ਸਾਧੂਆਂ ਦਾ ਰੂਪ ਧਾਰ ਕੇ, ਆਪ ਧਰਤੀ ਤੇ ਆਇਆ ਸਾਧੂਆਂ ਦਾ ਰੂਪ ਧਾਰ ਕੇ, ਰੱਬ ਆਪ ਧਰਤੀ ਤੇ ਆਇਆ ਸਾਧੂਆਂ ਦਾ ਰੂਪ ਧਾਰ ਕੇ, ਬਾਬਾ ਜੀ ਦਾ ਜੀ ਰੂਪ ਧਾਰ ਕੇ, ਸਾਧੂਆਂ ਦਾ ਜੀ ਰੂਪ ਧਾਰ ਕੇ, ਸਾਧੂਆਂ ਦਾ ਜੀ ਰੂਪ ਧਾਰ ਕੇ, ਆਪ ਧਰਤੀ ਤੇ ਆ ਗਿਆ ਸਾਧੂਆਂ ਦਾ ਰੂਪ ਧਾਰ ਕੇ, ਆਪ ਧਰਤੀ ਤੇ ਆ ਗਿਆ ਸਾਧੂਆਂ ਦਾ ਰੂਪ ਧਾਰ ਕੇ, ਰੱਬ ਆਪ ਧਰਤੀ ਤੇ ਆ ਗਿਆ ਸਾਧੂਆਂ ਦਾ ਰੂਪ ਧਾਰ ਕੇ, ਰੱਬ ਆਪ ਧਰਤੀ ਆ ਗਿਆ ਸਾਧੂਆਂ ਦਾ ਰੂਪ ਧਾਰ ਕੇ, ਸਾਧ ਰੂਪ ਆਪਣਾ ਤਨ ਧਾਰੇ ਹੈ। ਤੋ ਇਸ ਮਾਤ ਲੋਕ ਦੇ ਉੱਪਰ ਸਿਆੜ ਦੀ ਧਰਤੀ ਦੇ ਉੱਪਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਬਾਬਾ ਜੀ ਸਿਆੜ ਸਾਹਿਬ ਵਾਲੇ ਆਏ। 6 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੇ ਸਾਧ ਸੰਗਤ ਜੀ ਇੱਕ ਸੰਸਾਰੀ ਵਿਦਿਆ ਇੱਕ ਨਿਰੰਕਾਰੀ ਵਿਦਿਆ ਉਹ ਵਿਦਿਆ ਪ੍ਰਾਪਤ ਹੋਈ, ਫਿਰ ਥੋੜ੍ਹਾ ਸਮਾਂ ਡਰਾਈਵਰੀ ਦੇ ਵਿੱਚ ਵੀ ਲਗਾਇਆ। ਲੁਧਿਆਣੇ ਇੱਕ ਕਮਰਾ ਲੈ ਲਿਆ ਪਰ ਕਮਰੇ ਵਿੱਚ ਰਹਿਣਾ ਨਸੀਬ ਨਹੀਂ ਹੋਇਆ। ਉਹ ਕਿਉਂ? ਕਿਉਂਕਿ ਸਾਧ ਸੰਗਤ ਬੁੱਢਾ ਦਰਿਆ ਜਾਂਦਾ, ਜਿਵੇਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਧੰਨ ਧੰਨ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ, ਉਮਰ ਦਾ ਤਕਾਜ਼ਾ ਨਹੀਂ ਕਮਾਈ ਦਾ ਤਕਾਜ਼ਾ ਹੈ। ਕਮਾਈ ਕਰਕੇ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਵੱਡੇ ਸੀ, ਉਮਰ ਕਰਕੇ ਧੰਨ ਧੰਨ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਵੱਡੇ ਸੀ। ਪਰ ਜੋ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਆਂਦਾ
ਇਸ ਤਨ ਦਾ ਸ਼ਿੰਗਾਰ ਆਪ ਜੀ ਦੇਖਦੇ ਸੀ, ਬਾਬਾ ਜੀਆਂ ਦਾ ਚੋਲਾ, ਬਾਬਾ ਜੀ ਹੱਥ ਵਿੱਚ ਖੁੰਡੀ, ਬਾਬਾ ਜੀਆਂ ਦਾ ਜੋੜਾ, ਬਾਬਾ ਈਸ਼ਰ ਸਿੰਘ ਮਾਰਿਆੜਾ ਸਾਹਿਬ ਵਾਲਿਆਂ ਦਾ, ਇਹ ਸਾਰੀ ਜੋ ਬਦੌਲਤ ਸੀ ਇਹ ਬਾਬਾ ਕਿਸ਼ਨ ਸਿੰਘ ਮਹਾਰਾਜ ਨੂੰ ਚਾਹ ਸੀ ਬੋਲੋ ਸਤਨਾਮ ਵਾਹਿਗੁਰੂ, ਕਿਉਂਕਿ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ ਬਚਨ ਕੀਤਾ ਸੀ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਨੂੰ, ਤੈਨੂੰ ਸਾਧ ਦਿੱਤਾ, ਸਾਧ ਨੂੰ ਸਾਂਭ ਕੇ ਰੱਖੀ, ਬਸ ਉਹ ਪੱਲੇ ਗੰਢ ਬੰਨ ਲਈ ਅਤੇ ਸਾਧ ਸਿੰਘ ਜੀ ਦੋਨਾਂ ਮਹਾਂਪੁਰਖਾਂ ਨੇ ਕੋਲੇ ਨਹਿਰ ਜਾਂਦੀ ਹੈ, ਨਹਿਰ ਵਿੱਚ ਖੜ ਕੇ ਪਿੱਠ ਨਾਲ ਪਿੱਠ ਜੋੜ ਕੇ ਅਤੇ ਸਾਧ ਸੰਗਤ ਜੀ ਗੁਰਸ਼ਬਦ ਦੀ ਕਮਾਈ ਕੀਤੀ ਹੈ ਬੋਲੋ ਸਤਨਾਮ ਵਾਹਿਗੁਰੂ, ਘਾਲਣਾ ਘਾਲੀਆਂ ਨੇ ਦਿਨ ਰਾਤ ਇੱਕ ਕੀਤਾ ਹੈ, ਬਾਬਾ ਆਨੰਦ ਸਿੰਘ ਮਹਾਰਾਜ ਜੀ ਵੱਲ ਝਾਤ ਮਾਰੀਏ, ਕਿਲੀ ਨਾਲ ਕੇਸ ਬੰਨ ਬੰਨ ਕੇ ਤਪੱਸਿਆ ਕੀਤੀ ਹੈ, ਮੈਂ ਹੈਰਾਨ ਹੋ ਜਾਂਦਾ ਜਦੋਂ ਕਿਤੇ ਸਟੇਜਾਂ 'ਤੇ ਜਾਣ ਦਾ ਸਮਾਂ ਮਿਲਦਾ, ਮੈਂ ਆਲੋਚਨਾ ਨਹੀਂ ਕਰਦਾ, ਉਹ 18-18, 20-20 ਸਾਲ ਦੇ ਜਿਹੜੇ ਸਿੱਖ ਮਸ਼ੀਨਰੀ ਜਾਂ ਕੋਈ ਹੋਰ ਕਿਤੋਂ ਸਿੱਖ ਕੇ ਉਹ ਸੰਤਾਂ ਦੀ ਨਿੰਦਿਆ ਕਰਕੇ ਸੰਤਾਂ ਦੀਆਂ ਨਿਸ਼ਾਨੀਆਂ ਦੱਸਦੇ ਆ, ਬੋਲੋ ਸਤਨਾਮ ਵਾਹਿਗੁਰੂ, ਸੰਤਾਂ ਦੀਆਂ ਨਿਸ਼ਾਨੀਆਂ, ਮਹਾਰਾਜ ਦੀ ਬਾਣੀ ਤਾਂ ਇਹ ਪ੍ਰਮਾਣ ਕਰਗੀ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇ ਤਾਂ ਸੁਣਹਿ ਤੇ ਤਾਂ ਵਖਿਆ, ਸਾਧੂ ਦੀ ਮਹਿਮਾ ਤੇ ਸਾਧ ਸੰਗਤ, ਅੱਜ ਅਸੀਂ ਉਹਨਾਂ ਦੀਆਂ ਨਿਸ਼ਾਨੀਆਂ ਦੱਸਦੇ ਹਾਂ। ਬਾਬਾ ਆਨੰਦ ਸਿੰਘ ਆਪ ਜੀ ਨੇ ਪਹਿਲਾਂ ਵੀ ਸਰਵਣ ਕੀਤਾ ਦਾਸ ਦੀ ਰਸਨਾ ਤੋਂ, ਬਾਬਾ ਜੀਆਂ ਕੋਲ ਕੋਈ ਕਵੀ ਆਇਆ ਕਹਿੰਦਾ ਮੈਂ ਜੀ ਤੁਹਾਡਾ ਜੀਵਨ ਲਿਖਣਾ ਹੈ, ਬਾਬਾ ਜੀ ਕਹਿੰਦੇ ਕੀ ਲਿਖ ਦੇਗਾ ਗੁਰਮੁਖਾ, ਮੈਂ ਇੰਨੇ ਵਜੇ ਉੱਠਦਾ, ਮੈਂ ਇੱਥੇ ਕੇਸ ਬੰਨਦਾ, ਮੈਂ ਇੰਨਾ ਚਿਰ ਤਪ ਕਰਦਾ, ਇਹੀ ਕੁਛ ਲਿਖ ਦੇਗਾ, ਪਰ ਜਿੰਨਾ ਸਮਾਂ ਮੈਂ ਕਿਲੀ ਨਾਲ ਕੇਸ ਬੰਨ ਕੇ ਉਹ ਨਿਰੰਕਾਰ ਦੇ ਗੁਰਸ਼ਬਦ ਨਾਲ ਜੁੜਦਾ, ਜਿਹੜਾ ਉਹ ਆਨੰਦ ਆ ਉਹ ਕਿਵੇਂ ਲਿਖੇਗਾ, ਬੋਲੋ ਸਤਨਾਮ ਵਾਹਿਗੁਰੂ, ਉਹ ਕਿਵੇਂ ਲਿਖੇਗਾ, ਸੋ ਰਸ ਹੋਈ, ਉਹ ਤਾਂ ਰਸ ਉਹੀ ਜਾਣਦਾ, ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ, ਇਹ ਤਾਂ ਖਾਲੀ ਉਹ ਟਣਕਦੇ ਨੇ, ਜਿਹੜੇ ਭਰੇ ਹੋਏ ਨੇ ਉਹ ਨਹੀਂ ਟਣਕਦੇ। ਬਾਬਾ ਜੀ ਕਹਿੰਦੇ ਜਿਹੜਾ ਉਹ ਆਨੰਦ ਹੈ ਉਹਨੂੰ ਕਿਹੜੀ ਕਲਮ ਹੈ ਜਿਹਦੇ ਨਾਲ ਲਿਖ ਦੇਗਾ, ਅਸੀਂ ਸਾਧੂਆਂ ਦੀ ਮਹਿਮਾ ਅਤੇ ਸਾਧ ਸੰਗਤ ਜੀ, ਬਾਬਾ ਈਸ਼ਰ ਸਿੰਘ ਮਹਾਰਾਜ ਜੀ, ਬਾਬਾ ਕਿਸ਼ਨ ਸਿੰਘ ਮਹਾਰਾਜ ਜੀਆਂ ਨੇ ਸਾਰੀ ਸਾਰੀ ਰਾਤ ਖੜ ਕੇ ਅਤੇ ਸਾਧ ਸੰਗਤ ਜੀ ਜਲ ਵਿੱਚ ਖੜ ਕੇ ਗੁਰਸ਼ਬਦ ਦੀ ਕਮਾਈ ਤਪ ਕੀਤਾ ਹੋਇਆ। ਦਾਸ ਦੇ ਗੁਰਦੇਵ ਧੰਨ ਧੰਨ ਸ਼੍ਰੀ ਜੀ ਬਾਬਾ ਜੀ ਸਿਆੜ ਸਾਹਿਬ ਵਾਲੇ, ਸ਼ਾਮ ਦਾ ਵਕਤ ਆਉਣਾ, ਦਰਿਆ ਵਿੱਚ ਖੜ ਜਾਣਾ, ਜਲ ਵਿੱਚ ਖੜ ਕੇ ਕਰਨਾ ਕੀ ਹੈ, ਗੁਰਮੁਖ ਪਿਆਰੇ ਕਰਦੇ ਕੀ ਨੇ, ਸਾਧ ਸੰਗਤ ਜਿਨ੍ਹਾਂ ਦੀ ਅੱਠੇ ਪੈਰ ਸਮਾਧਿਸ਼ਟ ਵਿੱਚ, ਪਿੰਨੀ ਰੈਨੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਰੱਬ ਦੇ ਪਿਆਰੇ ਜਿਨ੍ਹਾਂ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਮਿੱਕ ਹੋ ਗਏ ਨੇ ਸਾਧ ਸੰਗਤ, ਉਹਨਾਂ ਨੂੰ ਦਿਨ ਦਾ ਨਹੀਂ ਪਤਾ, ਉਹਨਾਂ ਨੂੰ ਰਾਤ ਦਾ ਨਹੀਂ ਪਤਾ, ਉਹਨਾਂ ਨੂੰ ਦੁਨੀਆਂ ਦੇ ਰੁਝੇਵਿਆਂ ਦਾ ਕਿਸੇ ਦੀ ਕੋਈ ਖਬਰ ਨਹੀਂ, ਬਸ ਇੱਕੋ ਹੀ ਹੈ, ਉਹ ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ ਉਹ ਦਿਨ ਰਾਤ ਦੀ
ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ, ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ, ਰੱਬ ਦੇ ਪਿਆਰਿਆਂ ਦੀ। ਸੋ ਇੱਕ ਦਿਨ ਐਸਾ ਸਮਾਂ ਆਇਆ, ਸ਼ਾਮ ਦਾ ਵਕਤ ਸੀ, ਸੰਧਿਆ ਦਾ ਸਮਾਂ, ਬਾਬਾ ਜੀ ਤੁਰੇ ਰਾਹ ਜਾ ਰਹੇ ਸੀ, ਰਸਨਾ ਤੋਂ ਰਹਿ ਰਸ ਦਾ ਪਾਠ ਹੋ ਰਿਹਾ ਸੀ। ਬਾਬਾ ਜੀ ਦਾ ਚਰਨ ਖਵਾਜਾ ਇੱਕ ਸੱਪ 'ਤੇ ਰੱਖਿਆ ਗਿਆ ਅਤੇ ਸਾਧ ਸੰਗਤ ਜੀ ਸੱਪ ਨੇ ਡੰਗ ਮਾਰਿਆ। ਬਾਬਾ ਜੀ ਨੇ ਆਖਿਆ ਚਲੋ ਕੋਈ ਕੰਡਾ ਲੱਗ ਗਿਆ ਹੋਣਾ, ਥੋੜ੍ਹਾ ਥੋੜ੍ਹਾ ਜਦੋਂ ਜ਼ਹਿਰ ਚੜ੍ਹਦੀ ਗਈ, ਬਾਬਾ ਜੀ ਦਾ ਸਰੀਰ ਦੇਖ ਕੇ ਕਹਿੰਦੇ ਵੀ ਇਹ ਤਾਂ ਕੋਈ ਜ਼ਹਿਰੀਲੀ ਚੀਜ਼ ਨੇ ਡੰਗ ਮਾਰਿਆ। ਅਤੇ ਸਾਧ ਸੰਗਤ ਉਸੇ ਸਮੇਂ ਜਦੋਂ ਦੋ ਚਾਰ ਹੋਰ ਇਕੱਤਰ ਹੋਏ ਪਤਾ ਲੱਗਿਆ, ਕਹਿੰਦੇ ਜਾਣ ਦੀ ਕਿਤੇ ਲੋੜ ਨਹੀਂ, ਇੱਥੇ ਇੱਕ ਗਾਰੜੂ ਹੈ ਜੋ ਸੱਪਾਂ ਦਾ ਡੰਗੇ ਹੋਏ ਦਾ ਇਲਾਜ ਕਰਦਾ, ਇਹ ਤਾਂ ਵਿਧੀਵਾਨ ਨਹੀਂ ਸੀ, ਕਹਿੰਦੇ ਇਲਾਜ ਕਰਦਾ। ਜਦੋਂ ਬਾਬਾ ਜੀ ਨੂੰ ਉਹਨਾਂ ਦੇ ਪਾਸ ਦੇਖਿਆ ਬਾਬਾ ਜੀਆਂ ਨੂੰ, ਅਤੇ ਉਹ ਗਾਰੜੂ ਨੇ ਜਿੱਥੇ ਡੰਗ ਮਾਰਿਆ ਸੀ ਨਾ, ਉੱਥੋਂ ਜਿਹੜੀ ਜ਼ਹਿਰ ਸੀ ਉਹ ਕੱਢਣੀ ਕੀਤੀ, ਪਰ ਜਦੋਂ ਉਹ ਪੱਸ ਕੱਢੀ ਨਾ, ਜਿਹੜੀ ਆਮ ਰਾਹ ਜਿਵੇਂ ਬਣ ਜਾਂਦੀ ਹੈ ਜਾਂ ਜ਼ਹਿਰ ਬਣ ਜਾਂਦੀ ਹੈ, ਉਹ ਜ਼ਹਿਰ ਨਹੀਂ ਸੀ, ਉਹ ਕੋਈ ਨੀਲਾ ਖੂਨ ਨਹੀਂ ਸੀ, ਉਹ ਕੋਈ ਬਾਬਾ ਜੀ ਦਾ ਖੂਨ ਨਹੀਂ ਨਿਕਲਿਆ। ਜੇ ਨਿਕਲਿਆ ਤਾਂ ਸਰੀਰ 'ਚੋਂ ਵੀ ਇੱਕ ਪਾਣੀ ਨਿਕਲਿਆ, ਅਮਰ ਦੀ ਤਰ੍ਹਾਂ ਬੋਲੋ ਸਤਨਾਮ ਵਾਹਿਗੁਰੂ। ਅਤੇ ਉਸ ਗਾਰੜੂ ਨੇ ਆਖਿਆ, ਕਹਿੰਦੇ ਜਾ ਸੱਪ ਤਾਂ ਬਹੁਤ ਜ਼ਹਿਰੀਲਾ ਸੀ, ਪਰ ਇਹ ਕਿਸੇ ਪੀਰ ਦੀ ਕਲਾਮ ਪੜ੍ਹ ਰਿਹਾ ਸੀ, ਬੋਲੋ ਸਤਨਾਮ ਵਾਹਿਗੁਰੂ। ਸੱਪ ਬਹੁਤ ਜ਼ਹਿਰੀਲਾ ਸੀ, ਉਹਦਾ ਡੰਗਿਆ ਬਚ ਨਹੀਂ ਕੋਈ ਸਕਦਾ, ਪਰ ਇਹ 'ਤੇ ਅਸਰ ਕਿਉਂ ਨਹੀਂ ਹੋਇਆ, ਕਿਉਂਕਿ ਕਹਿੰਦੇ ਇਹ ਕੋਈ ਪੀਰ ਦੀ ਕਲਾਮ ਪੜ੍ਹ ਰਿਹਾ ਸੀ, ਪਰ ਬਾਬਾ ਜੀ ਸਾਡੇ ਸਤਿਗੁਰਾਂ ਦੀ ਬਖਸ਼ੀ ਹੋਈ ਰੱਬੀ ਬਾਣੀ ਸ੍ਰੀ ਰਹਿ ਰਸ ਦਾ ਪਾਠ ਕਰ ਰਹੇ ਸੀ, ਬੋਲੋ ਸਤਨਾਮ ਵਾਹਿਗੁਰੂ। ਮੇਰੇ ਸਤਿਗੁਰ ਤੇਰੀ ਬਾਣੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦੇਵੇ, ਸਤਿਗੁਰ ਤੇਰੀ ਬਾਣੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦੇਵੇ, ਮੇਰੇ ਸਤਿਗੁਰ ਤੇਰੀ ਬਾਣੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦੇਵੇ, ਮੇਰੇ ਸਤਿਗੁਰ ਤੇਰੀ ਬਾਣੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦੇ, ਮੇਰੇ ਸਤਿਗੁਰ ਤੇਰੀ ਬਾਣੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦੇ, ਮੇਰੇ ਸਤਿਗੁਰ ਤੇਰੀ ਬਾਣੀ ਸਤਿਗੁਰ ਤੇਰੀ ਬਾਣੀ, 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 ਮੇਰੇ ਸਤਿਗੁਰ ਤੇਰੀ ਬਾਣੀ, ਮੇਰੇ ਸਤਿਗੁਰ ਤੇਰੀ
ਬਾਣੀ ਸਤਿਗੁਰ ਤੇਰੀ ਬਾਣੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦੇਵੇ ਸਤਿਗੁਰ ਤੇਰੀ ਬਾਣੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦੇਵੇ ਸਤਿਗੁਰ ਤੇਰੀ ਬਾਣੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦੇਵੇ ਮੇਰੇ ਸਤਿਗੁਰ ਤੇਰੀ ਬਾਣੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦੇਵੇ ਮੇਰੇ ਸਤਿਗੁਰ ਤੇਰੀ ਬਾਣੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦੇਵੇ ਸਤਿਗੁਰ ਤੇਰੀ ਬਾਣੀ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਦੇਵੇ ਐਸੀ ਸਤਿਗੁਰਾਂ ਦੀ ਬਾਣੀ ਹੈ ਸੁਣਿਆ ਦੁੱਖ ਪਾਪ ਕਾ ਨਾਸ ਜਿਹੜੇ ਦੁੱਖਾਂ ਦਾ ਪਾਪਾਂ ਦਾ ਨਾਸ ਕਰਨ ਵਾਲੀ ਮੇਰੇ ਸਤਿਗੁਰਾਂ ਦੀ ਬਾਣੀ ਇੱਕ ਦਿਨ ਸਮਾਂ ਆ ਗਿਆ ਅਤੇ ਸਾਧ ਸੰਗਤ ਜਦੋਂ ਦੇਖਿਆ ਉਹ ਬਿਧ ਬਣੀ ਨਾ ਸਿਆੜ ਦੀ ਧਰਤੀ 'ਤੇ ਚਲੇ ਗਏ ਗ੍ਰਹਿ ਵਿਖੇ ਪਿਤਾ ਜੀ ਨੇ ਮਾਤਾ ਜੀ ਨੇ ਦੇਖਿਆ ਕਿਉਂ ਫਿਕਰ ਤਾਂ ਹੋ ਹੀ ਜਾਂਦਾ ਨਾ ਕਹਿੰਦੇ ਜੀ ਇਹਦਾ ਇਲਾਜ ਕਰ ਲਓ ਕਰਾਉਣਾ ਚਾਹੀਦਾ ਪਤਾ ਲੱਗਿਆ ਜਗਰਾਵਾਂ ਕੋਈ ਇਲਾਜ ਕਰਦਾ ਪੱਲੇਦਾਰ ਦਾ ਕੰਮ ਕਰਦੇ ਅਤੇ ਸਾਧ ਸੰਗਤ ਉੱਥੇ ਚਲੇ ਗਏ ਮਿਲਾਪ ਹੋ ਗਿਆ ਜਦੋਂ ਦੂਸਰੀ ਵਾਰ ਆਏ ਅਤੇ ਉੱਥੇ ਮਿਲਾਪ ਨਾ ਹੋਇਆ ਕਹਿੰਦੇ ਉਹ ਤਾਂ ਇੱਥੋਂ ਚਲੇ ਗਏ ਸਰੋਤ ਸੁਣੀ ਨਾਨਕਸਰ ਦੀ ਧਰਤੀ ਦੀ ਬਾਬਾ ਆਨੰਦ ਸਿੰਘ ਮਹਾਰਾਜ ਜੀ ਆਉਂਦੀ ਚਲੋ ਜਗਰਾਵਾਂ ਆਇਆ ਬਾਬਾ ਆਨੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਚੱਲੀ ਅਤੇ ਜਦੋਂ ਸਾਧ ਸੰਗਤ ਜੀ ਗ੍ਰਹਿ ਵਿਖੇ ਗਏ ਧੰਨ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਜਿਵੇਂ ਆਪਾਂ ਆਰਾਮ ਕਰਦੇ ਹਾਂ ਨਾ ਅੰਮ੍ਰਿਤ ਵੇਲੇ ਉੱਠਦੇ ਹਾਂ ਇਸ਼ਨਾਨ ਪਾਣੀ ਕਰਦੇ ਹਾਂ ਫਿਰ ਨਿਤਨੇਮ ਕਰਦੇ ਹਾਂ ਗੁਰ ਸ਼ਬਦ ਦੀ ਕਮਾਈ ਕਰਦੇ ਇੱਕ ਹੁੰਦਾ ਰਾਤ ਨੂੰ ਆਰਾਮ ਕਰਨ ਮੌਕੇ ਸੁਪਨਾ ਆਉਣਾ ਸੁੱਤੇ ਪਿਆ ਇੱਕ ਹੁੰਦਾ ਸਿਮਰਨ ਕਰਦੇ ਕਰਦਿਆਂ ਦੀ ਜਦੋਂ ਸਾਡੀ ਲਿਵ ਲੱਗਦੀ ਹੈ ਜਾਂ ਉਸ ਸਮੇਂ ਅਸੀਂ ਸਿਮਰਨ ਕਰਦੇ ਹਾਂ ਸਾਡੇ ਸਿਮਰਨ ਦਾ ਫਲ ਹੈ ਜਾਂ ਸਾਡੀ ਅਵਸਥਾ ਬਣ ਗਈ ਕੋਈ ਝਲਕ ਦੇਖਦੀ ਹੈ ਅਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਿਮਰਨ ਕਰਨ ਵਾਲਿਆਂ ਦੀ ਜਿਹੜੇ ਕਰਦੇ ਨੇ ਇਹ ਉਹਨਾਂ ਨੂੰ ਪਤਾ ਹੈ ਬਾਬਾ ਜੀ ਇਹਨਾਂ 'ਚ ਕੀ ਤੱਕਿਆ ਸੁਪਨੇ ਦੇ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਦਾ ਤਖ਼ਤ ਸਜਿਆ ਹੋਇਆ ਸਿੰਘਾਸਨ 'ਤੇ ਬਿਰਾਜਮਾਨ ਨੇ ਕੋਈ ਪ੍ਰੇਮੀ ਲੰਘ ਮਾਰਦਾ ਆ ਰਿਹਾ ਆ ਕੇ ਪੱਖੇ ਦੀ ਸੇਵਾ ਕਰਨ ਲੱਗੇ ਪੱਖੇ ਦੀ ਸੇਵਾ ਕੀਤੀ ਦੀਦਾਰ ਕੀਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਉਂਦੇ ਅਤੇ ਸਾਧ ਸੰਗਤ ਅੱਖ ਖੁੱਲ੍ਹੀ ਹੈਰਾਨ ਹੋ ਗਏ ਵੀ ਇਹ ਮੈਂ ਕੌਤਕ ਦੇਖਿਆ ਮਨ ਨੂੰ ਆਨੰਦ ਬੜਾ ਆਇਆ ਅੱਜ ਉਸੇ ਹੀ ਆਨੰਦ ਨੂੰ ਹਿਰਦੇ ਵਿੱਚ ਵਸਾ ਕੇ ਜਦੋਂ ਜਗਰਾਵਾਂ ਤੋਂ ਨਾਨਕਸਰ ਦੀ ਧਰਤੀ 'ਤੇ ਬਾਬਾ ਜੀ ਗਏ ਜਿਹੜੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਸੀ ਇੱਕ ਸਿੰਘਾਸਨਾਂ 'ਤੇ ਬੈਠਿਆਂ 'ਤੇ ਸਭ 'ਤੇ ਉੱਚਾ ਆਸਣ ਤੇਰਾ ਤੂੰ ਸਭ ਦਾ ਸਰਤਾਜ ਸਭ ਅਵਤਾਰ ਤੇਰੀ ਉਸਤਤ ਕਰਦੇ ਤੂੰ ਸੱਚਾ ਮਹਾਰਾਜ ਆ ਸੱਚਖੰਡ ਦੇ ਆਪਾਂ
ਦਰਸ਼ਨ ਕਰਦੇ ਹੈ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ ਕਰਦੇ ਹੈ। ਇਹ ਕਿਸੇ ਪੈਂਟਰ ਦਾ ਨਹੀਂ ਬਣਾਇਆ ਹੋਇਆ, ਇਹ ਬਾਬਾ ਆਨੰਦ ਸਿੰਘ ਮਹਾਰਾਜ ਦੀ ਮਹਾਨ ਬਖਸ਼ਿਸ਼ ਹੈ। ਬੋਲੋ ਸਤਨਾਮ। ਉਹਨਾਂ ਨੂੰ ਦੀਦਾਰ ਹੋਏ ਤੇ ਉਹ ਸਾਧ ਸੰਗਤ ਜੀ ਕੋਲੇ ਬੁਲਾ ਕੇ ਪੈਂਟਰ ਨੂੰ ਦੱਸੇ ਵੀ ਆਏ ਸਰੂਪ ਬਣਾ ਬਾਈ, ਇਉਂ ਦੀਦਾਰ ਹੋਏ ਨੇ, ਕਿਉਂਕਿ ਜੁੜਿਆ ਹੋਇਆ ਜੋੜਦਿਆ ਕਰਦਾ। ਤੇ ਸਾਧ ਸੰਗਤ ਜੀ ਉਹੀ ਨਕਸ਼ ਉਹੀ ਸਰੂਪ ਅੱਜ ਬਾਬਾ ਆਨੰਦ ਸਿੰਘ ਮਹਾਰਾਜ ਜੀ ਦਾ ਤੱਕਿਆ। ਬੋਲੋ ਸਤਨਾਮ। ਵਾਹਿਗੁਰੂ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ, ਉਸੇ ਸਮੇਂ ਤੇਰਾ ਨੂਰ ਅਲਾਹੀ ਚੇਰਾ ਜਨਮ ਮਰਨ ਪੰਡਾ ਦੇਵੇ। ਨੂਰ ਅਲਾਹੀ ਚੇਰਾ ਜਨਮ ਮਰਨ ਮਿਟਾ ਦੇਵੇ। ਨੂਰ ਅਲਾਹੀ ਚੇਰਾ ਜਨਮ ਮਰਨ ਮਿਟਾ ਦੇਵੇ। ਨੂਰ ਅਲਾਹੀ ਚੇਰਾ ਜਨਮ ਮਰਨ ਮਿਟਾ ਦੇਵੇ। ਜਨਮ ਮਰਨ ਮਿਟਾ ਦੇਵੇ, ਮਰਨ ਮਿਟਾ ਦੇਵੇ ਬਾਬਾ ਜੀ, ਮਰਨ ਮਿਟਾ ਦੇਵੇ ਜੀ, ਜਨਮ ਮਰਨ ਮਿਟਾ ਦੇਵੇ, ਮਰਨ ਮਿਟਾ ਦੇਵੇ, ਜਨਮ ਮਰਨ ਮਿਟਾ ਦੇਵੇ, ਜਨਮ ਮਰਨ ਮਿਟਾ ਦੇਵੇ, ਜਨਮ ਮਰਨ ਮਿਟਾ ਦੇਵੇ। ਮਰਨ ਮਿਟਾ ਦੇਵੇ, ਜਨਮ ਮਰਨ ਮਿਟਾ ਦੇਵੇ। ਨੂਰ ਅਲਾਹੀ ਚੇਰਾ ਜਨਮ ਮਰਨ ਮਿਟਾ ਦੇਵੇ। ਤੁਹਾਡਾ ਨੂਰ ਅਲਾਹੀ ਚੇਰਾ ਜਨਮ ਮਰਨ ਮਿਟਾ ਦੇਵੇ। ਨੂਰ ਅਲਾਹੀ ਚੇਰਾ ਜਨਮ ਮਰਨ ਮਿਟਾ ਦੇਵੇ। ਤੁਹਾਡਾ ਨੂਰ ਅਲਾਹੀ ਚੇਰਾ ਜਨਮ ਮਰਨ ਮਿਟਾ ਦੇਵੇ। ਨੂਰ ਅਲਾਹੀ ਤੇਰਾ ਜਨਮ ਮਰਨ ਮਿਟਾ ਦੇਵੇ। ਤੁਹਾਡਾ ਰੂਪ ਅਲਾਹੀ ਤੇਰਾ ਜਨਮ ਮਰਨ ਮਿਟਾ ਦੇਵੇ। ਨੂਰ ਅਲਾਹੀ ਤੇਰਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ ਗਏ। ਬਾਬਾ ਜੀ ਉਹ ਚਿਹਰਾ ਨਕਸ਼ਾ ਤੱਕਿਆ ਸੀ, ਜਾ ਕੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨੂੰ ਪੱਖਾ ਚੱਲਣ ਲੱਗ ਗਏ। ਮੈਨੂੰ ਸਤਨਾਮ। ਵਾਹਿਗੁਰੂ। ਕੌਣ ਚੱਲੂ, ਕੌਣ ਸੇਵਾ ਕਰੂ, ਹਰ ਇੱਕ ਨਹੀਂ ਕਰ ਸਕਦਾ। ਉਸੇ ਸਮੇਂ ਇਸ਼ਾਰਾ ਕੀਤਾ ਰਾਗੀਆਂ ਨੂੰ, ਰਾਗੀਆਂ ਨੇ ਸਾਧ ਸੰਗਤ ਦੀ ਜਦੋਂ ਸਮਾਪਤੀ ਕੀਰਤਨ ਦੀ ਹੋਈ, ਆਲੇ ਦੁਆਲੇ ਜਦੋਂ ਨਕਸ਼ਾ ਸਾਰਾ ਉਹ ਹਾਵ ਭਾਵ ਤੱਕਿਆ, ਸ਼ਾਂਤ ਹੋ ਗਏ। ਬਾਬਾ ਆਨੰਦ ਸਿੰਘ ਜੀ ਪੁੱਛਦੇ ਨੇ, ਕਾਕਾ ਕਿੱਥੋਂ ਆਇਆ? ਕਲਗੀਧਰ ਪੁੱਛਦੇ ਨੇ, ਕਾਕਾ ਕਿੱਥੋਂ ਆਇਆ? ਆਪ ਜੀ ਇਤਿਹਾਸ ਜਾਣਦੇ ਹੋ ਨਾ, ਜੋਗਾ ਗਿਆ ਸੀ ਕਾਬਲ। ਪੁੱਛਦੇ ਨੇ, ਕਾਕਾ ਕਿੱਥੋਂ ਆਇਆ? ਕਹਿੰਦੇ ਜੀ ਸਿਆੜ ਤੋਂ ਆਇਆ। ਕੀ ਕਰਨ ਵਾਸਤੇ ਆਇਆ?
ਕਹਿੰਦੇ ਹਜ਼ੂਰ ਤੁਹਾਡੇ ਚਰਨ ਪਰਸਣ ਵਾਸਤੇ ਆਏ ਹਾਂ। ਬੋਲੋ ਸਤਨਾਮ ਵਾਹਿਗੁਰੂ। ਜੋਗੇ ਨੇ ਪੁੱਛਿਆ ਨਾ, ਜੋਗਿਆ ਤੇਰਾ ਨਾਮ ਕੀ ਹੈ? ਕਹਿੰਦਾ ਜੀ ਜੋਗਾ। ਕਿਹਦਾ ਜੋਗਾ? ਘਰਦਿਆਂ ਦਾ ਜੋਗਾ ਕਿ ਤੁਹਾਡੇ ਜੋਗਾ? ਮਹਾਰਾਜ ਜੀ ਹੁਣ ਤੱਕ ਤਾਂ ਘਰਦਿਆਂ ਦਾ ਸੀ, ਹੁਣ ਤੁਹਾਡੇ ਚਰਨਾਂ ਵਿੱਚ ਆ ਗਏ, ਹੁਣ ਆਪਣੇ ਜੋਗਾ ਹੀ ਬਣਾ ਲਓ। ਬੋਲੋ ਸਤਨਾਮ ਵਾਹਿਗੁਰੂ। ਮਹਾਰਾਜ ਜੀ ਤੁਹਾਡੇ ਚਰਨ ਪਰਸਨ ਆਇਆ, ਝੋਲੀ ਅੱਡ ਲਈ, ਮੇਰੀ ਝੋਲੀ ਸਿੱਖੀ ਦੀ ਦਾਤ ਪਾ ਦਿਓ। ਬੋਲੋ ਸਤਨਾਮ ਵਾਹਿਗੁਰੂ। ਬਾਬਾ ਜੀਆਂ ਨੇ, ਸਿਆੜ ਸਾਹਿਬ ਵਾਲਿਆਂ ਨੇ ਕਦੇ ਵੱਡੇ ਬਾਬਾ ਜੀ ਦਾ ਨਾਮ ਨਹੀਂ ਆਪਣੀ ਰਸਨਾ ਤੋਂ ਲਿਆ। ਸੀਡੀਆਂ ਕੈਸਟਾਂ ਤੁਸੀਂ ਸਰਵਣ ਕਰ ਲਓ। ਸ਼੍ਰੀ ਹਜ਼ੂਰ, ਹਜ਼ੂਰ ਬਾਬਾ ਜੀ, ਜੋ ਵੀ ਕੌਤਕ ਨੇ, ਜੋ ਬਾਬਾ ਜੀਆਂ ਦੇ ਵੱਡਿਆਂ ਦੇ ਨਾਲ ਵੀ ਬੀਤੇ ਨੇ, ਹਜ਼ੂਰ ਸਾਨੂੰ ਉੱਥੇ ਲੈ ਕੇ ਗਏ, ਹਜ਼ੂਰ ਉੱਥੇ ਲੈ ਕੇ ਗਏ। ਅਤੇ ਸਾਧ ਸੰਗਤ ਉਸੇ ਸਮੇਂ ਬਾਬਾ ਜੀਆਂ ਨੇ ਝੋਲੀ ਅੱਡੀ, ਕਹਿੰਦੇ ਮਹਾਰਾਜ ਜੀ ਤੁਹਾਡੇ ਚਰਨ ਪਰਸਨ ਵਾਸਤੇ ਆਇਆ, ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ ਆਪਣਾ ਸਿੱਖ ਬਣਾ ਲਓ। ਆਹ ਬਚਨ ਬਾਬਾ ਜੀ ਦੀ ਰਸਨਾ ਤੋਂ ਵੀ ਨੇ। ਬਾਬਾ ਜੀ ਨੇ ਬੇਅੰਤ ਵਾਰ ਕਿਹਾ, ਕਹਿੰਦੇ ਜਦੋਂ ਅਸੀਂ ਹਜ਼ੂਰ ਦੇ ਚਰਨਾਂ ਵਿੱਚ ਗਏ, ਹਜ਼ੂਰ ਨੂੰ ਕਿਹਾ, ਹਜ਼ੂਰ ਮਹਾਰਾਜ ਜੀ ਮੈਨੂੰ ਆਪਣਾ ਸਿੱਖ ਬਣਾ ਲਓ, ਕਹਿੰਦੇ ਮੈਨੂੰ ਕੋਈ ਉਹਨਾਂ ਨੇ ਭੇਟਾ ਨਹੀਂ ਮੰਗੀ, ਇੱਕੋ ਹੀ ਬਚਨ ਕੀਤਾ, ਜੇ ਸਿੱਖ ਬਣਨਾ। ਸਿੱਖ ਕੀਤੇ ਰਾਮ ਕੀ, ਸਿੱਖ ਕੀਤੇ ਆਰਾਮ ਕੀ, ਕੀਤੇ ਰਾਮ ਕੀ, ਸਿੱਖ ਕੀਤੇ ਰਾਮ ਕੀ, ਸਿੱਖ ਕੀਤੇ ਰਾਮ ਕੀ, ਸਿੱਖ ਕੀਤੇ ਰਾਮ ਕੀ, ਸਿੱਖ ਕੀਤੇ ਆਰਾਮ 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 ਕੀ, ਕੀਤੇ ਆਰਾਮ ਕੀ, ਭਿਖਾਰੀ ਕੀਤੇ ਆਰਾਮ ਕੀ, ਭਿਖਾਰੀ ਕੀਤੇ ਮਾਣ 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 ਕੀ, ਸਿੱਖ ਕੀਤੇ ਆਰਾਮ 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 ਕੀ, ਕਹਿੰਦੇ ਸਿੱਖ ਕੀ ਤੇ ਆਰਾਮ ਕੀ, ਭਿਖਾਰੀ ਕੀ ਤੇ ਮਾਣ ਕੀ। ਬਾਬਾ ਜੀ ਨੇ ਬੇਅੰਤ ਵਾਰ ਕਹਿੰਦੇ ਜੇ ਸਿੱਖ ਬਣਨਾ ਦੇਖੀ ਫਿਰ ਆਰਾਮ ਦੀ ਲੋਚਾ ਨਾ ਕਰੀ, ਜੇ ਭਿਖਾਰੀ ਹੈ ਤਾਂ ਮਾਣ ਨਾ ਕਰੀ, ਜੇ ਕਿਸੇ ਨੇ ਟੱਕਾ ਦਿੱਤਾ ਤਾਂ ਵੀ, ਜੇ ਨਾ ਦਿੱਤਾ ਤਾਂ ਵੀ। ਅੱਜ ਕੱਲ੍ਹ ਦਾ ਉਹ ਭਿਖਾਰੀ ਨਹੀਂ। ਅਰਦਾਸ ਇੱਕ ਦਿਨ ਜਗਰਾਵਾਂ ਸਾਧ ਸੰਗਤ ਦੀ ਖੜਾ, ਮੈਂ ਇੱਕ ਦੁਕਾਨ ਦੇ ਉੱਪਰ, ਦੋ ਬੀਬੀਆਂ ਆਈਆਂ ਮੇਰੇ ਕੋਲ, ਮੈਨੂੰ ਕਹਿੰਦੀਆਂ
ਵੀ ਇਹ ਸਾਡੀ ਲੜਕੀ ਦਾ ਵਿਆਹ ਹੈ, ਅਸੀਂ ਜੋ ਸ਼ਗਨਾਂ ਦੀ ਮਹਿੰਦੀ ਲਾਉਂਦੇ ਹਾਂ ਉਹ ਮੰਗ ਕੇ ਲਾਉਂਦੇ ਹਾਂ। ਮੈਂ ਕਿਹਾ ਵੀ ਲੜਕੀ ਦੀ ਮਾਂ, ਕਹਿੰਦੀ ਮੈਂ ਤਾਂ ਲੜਕੀ ਦੀ ਭੂਆ। ਮੈਂ ਕਿਹਾ ਅੱਛਾ ਕਿੱਥੇ ਹੋ? ਕਹਿੰਦੇ ਸਿੱਧਵਾਂ ਬੈਠ ਰਹੇ ਨੇ। ਮੈਂ ਕਿਹਾ ਉਹ ਤਾਂ ਸਾਡੇ ਕੋਲ ਹੀ ਆ, ਵੀ ਕਦੋਂ ਵਿਆਹ? ਕਹਿੰਦੇ 25 ਤਰੀਕ ਦਾ। ਮੈਨੂੰ ਕਹਿੰਦੀ, ਮੈਂ ਕਿਹਾ ਕੋਈ ਗੱਲ ਨਹੀਂ, ਮੈਨੂੰ ਕੋਈ ਟੈਲੀਫੋਨ ਨੰਬਰ ਦਿਓ ਜਾਂ ਮੈਨੂੰ ਪਤਾ ਦੇ ਦਿਓ, ਲੜਕੀ ਆ ਜਾਵੇ, ਲੜਕੀ ਦੇ ਮਾਤਾ ਪਿਤਾ ਆ ਜਾਣ, ਅਤੇ ਜਿਹੜੀ ਵੀ ਦੁਕਾਨ 'ਤੇ ਕਹਿਣਗੇ ਮੈਂ ਚਲੇ ਜਾਊਂ, ਜਿੱਥੇ ਜੋ ਕਹਿਣਗੇ, ਲੜਕੀ ਜੋ ਮੰਗੇਗੀ, ਜਿਹੜਾ ਸੂਟ ਜੋ ਵੀ ਕੁਛ ਹੈ ਉਹ ਮੈਂ ਲੈ ਦੂੰਗਾ। ਕਹਿੰਦੀ 10 ਰੁਪਏ ਦੇਣੀ ਹੁੰਦੇ, ਹੋਰ ਹੀ ਗੱਲਾਂ ਕਰੀ ਜਾਂਦਾ। ਬੋਲੋ ਸਤਨਾਮ ਵਾਹਿਗੁਰੂ। 10 ਰੁਪਏ ਦੇਣਿਆਂ ਦੇ ਦੇ, ਕਹਿੰਦੀ ਇੰਨੀਆਂ ਸਲਾਹਾਂ ਦੀ ਤਾਂ ਲੋੜ ਹੀ ਨਹੀਂ ਹੈਗੀ, ਉਹ ਬਸ ਉਹ ਮੰਗਤਿਆਂ ਦਾ ਕੰਮ, ਉਹ ਮੰਗਤੇ ਨਹੀਂ। ਬਾਬਾ ਜੀ ਕਹਿੰਦੇ ਜੇ ਮੰਗਤਾ ਬਣਨਾ ਦੁਨੀਆਂ ਦਾ ਨਹੀਂ, ਗੁਰੂ ਨਾਨਕ ਦੇ ਦਰ ਦਾ ਮੰਗਤਾ ਬਣ ਜਾ। ਬੋਲੋ ਸਤਨਾਮ ਵਾਹਿਗੁਰੂ। ਬਾਬਾ ਜੀ ਬਣੇ, ਬਾਬਾ ਆਨੰਦ ਸਿੰਘ ਮਹਾਰਾਜ ਦੇ ਦਰ ਦੇ ਮੰਗਤੇ ਬਣੇ। 1927 ਦੇ ਵਿੱਚ ਬਾਬਾ ਜੀ ਨੇ ਅੰਮ੍ਰਿਤਪਾਨ ਕੀਤਾ। 1933 ਦੇ ਵਿੱਚ ਬਾਬਾ ਜੀ ਬਾਬਾ ਆਨੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਗਏ। ਬਸ ਗਾ ਕੇ ਵਾਪਸ ਨਹੀਂ ਮੁੜੇ, ਜਾ ਕੇ ਸਿਆੜ ਨਹੀਂ ਯਾਦ ਕੀਤਾ, ਜਾ ਕੇ ਪਿਛਲਾ ਸਮਾਂ ਯਾਦ ਨਹੀਂ ਕੀਤਾ, ਜੇ ਗਏ ਤਾਂ ਉਹਨਾਂ ਦੇ ਹੀ ਬਣ ਗਏ। ਬੋਲੋ ਸਤਨਾਮ ਵਾਹਿਗੁਰੂ। ਉਹਨਾਂ ਦੇ ਬਣ ਗਏ ਬਾਬਾ ਜੀ ਦਲੇਰ। ਬਾਬਾ ਜੀ ਦੀ ਸ਼ਾਦੀ ਹੋਈ ਤਾਂ ਬਾਬਾ ਜੀ ਦੇ ਘਰੋਂ ਜੋ ਸਾਡੇ ਸਤਿਕਾਰਯੋਗ ਮਾਤਾ ਜੀ, ਉਹ ਵੀ ਸੰਤ ਸੇਵੀ ਪਰਿਵਾਰ ਸੀ। ਬਾਬਾ ਜੀਆਂ ਦੇ 4 ਲੜਕਿਆਂ ਨੇ ਜਨਮ ਲਿਆ, ਵੈਸੇ ਤਾਂ 5 ਲੜਕੇ ਦੱਸਦੇ ਨੇ। ਬਾਬਾ ਮਾਨ ਸਿੰਘ ਜੀਆਂ ਨੇ ਇੱਥੇ ਬਚਨ ਕੀਤਾ ਸੀ, 10 ਦੇ ਨਾਲ 2 ਲੜਕੀਆਂ ਨੇ ਜਨਮ ਲਿਆ। ਦੇਖੋ ਕੈਸਾ ਇਤਿਹਾਸ ਰਚਿਆ ਬਾਬਾ ਜੀਆਂ ਨੇ। ਬਾਬਾ ਜੀ ਰਾੜਾ ਸਾਹਿਬ ਵਾਲੇ ਕਹਿੰਦੇ ਸੀ ਕਬੀਰ ਦੇ ਦਰਸ਼ਨ ਕਰਨੇ ਆ, ਸੈੜ ਦੀ ਧਰਤੀ 'ਤੇ ਚਲੇ ਜਾਓ। ਇਹ ਤਾਂ ਆਪ ਜੀ ਸਾਰੇ ਜਾਣਦੇ ਹੋ ਨਾ, ਇਹ ਬਚਨ ਬਹੁਤ ਮਹਾਂਪੁਰਖਾਂ ਨੇ ਸੁਣਾਏ ਨੇ। ਪਰ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਹਿਰਦੇ ਤੋਂ ਪੁੱਛਣਾ ਕਰੋ ਕਿ ਬਾਬਾ ਜੀ ਸਿਆੜ ਸਾਹਿਬ ਵਾਲੇ ਕੌਣ ਸੀ। ਬੋਲੋ ਸਤਨਾਮ ਵਾਹਿਗੁਰੂ। ਕੌਣ ਸੀ? ਇਹ ਬਚਨ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਆਪਣੀ ਰਸਨਾ ਤੋਂ ਸਿਆੜ ਦੀ ਧਰਤੀ 'ਤੇ ਆ ਕੇ ਬਚਨ ਕੀਤਾ ਹੈ। ਨਾਨਕਸਰ ਸਰੋਵਰ ਦੀ ਸੇਵਾ ਚੱਲਦੀ ਸੀ, ਕਿਉਂਕਿ ਇਕੱਠਿਆਂ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਅਤੇ ਬਾਬਾ ਜੀਆਂ ਨੇ ਇਕੱਠਿਆਂ ਨੇ ਸੰਗਤ ਕੀਤੀ ਹੈ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ। ਅੱਜ ਮਹਾਂਪੁਰਖ ਦਾਸ ਜੀ ਇਸ ਕੁੱਕਰ ਦੀ ਵਡਿਆਈ ਕਰਦੇ ਨੇ, ਬਾਬਾ ਜੀ ਦੇ ਜੀਵਨ ਤੋਂ ਹੀ ਸਿੱਖਿਆ ਮਿਲੀ ਹੈ। ਜੇ ਬਾਬਾ ਈਸ਼ਰ ਸਿੰਘ ਮਹਾਰਾਜ ਜੀਆਂ ਨੂੰ ਅਤੇ ਸਾਧ ਸੰਗਤ ਜੀ ਬਖਸ਼ਿਸ਼ ਹੋਈ ਉਸੇ ਸਮੇਂ ਬਾਬਾ ਈਸ਼ਰ ਸਿੰਘ ਮਹਾਰਾਜ ਜੀਆਂ ਦੇ ਚਰਨਾਂ 'ਤੇ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਸੀਸ ਝੁਕਾਤਾ। ਬੋਲੋ ਸਤਨਾਮ ਵਾਹਿਗੁਰੂ। ਨਹੀਂ ਤਾਂ ਡੇਰਿਆਂ ਵਿੱਚ ਰੌਲੇ ਹੀ ਪੈ ਜਾਂਦੇ ਨੇ, ਮੈਂ ਤੇ ਤੋਂ ਪਹਿਲਾਂ ਆਇਆ ਹੋਇਆ, ਮੈਨੂੰ ਮਿਲਣਾ ਚਾਹੀਦਾ ਸੀ, ਤਾਂ ਬਾਅਦ ਵਿੱਚ ਆਇਆ। ਅਤੇ ਨਹੀਂ ਮੈਂ ਸੰਤ ਬਣਨਾ, ਬਾਬਾ ਜੀ ਕਹਿੰਦੇ ਸੀ ਸੰਤ ਨਾ ਬਣ, ਤੂੰ ਕਹਿ ਮੈਂ ਸੇਵਕ ਬਣਨਾ, ਤੂੰ ਸੇਵਕ ਦੀ ਇੱਛਾ ਰੱਖੀ। ਜੇ ਕਹਿੰਦੇ ਹਜ਼ੂਰ ਨੂੰ ਪਾਇਆ, ਉਹਨੇ ਆਪਣੇ ਆਪ ਹੀ ਤੈਨੂੰ ਸੰਤ ਦਾ ਮਰਾਤਬਾ ਦੇ ਦੇਣਾ। ਬੋਲੋ ਸਤਨਾਮ ਵਾਹਿਗੁਰੂ। ਕਿਉਂਕਿ ਨਵਾਣਾ ਬਣੇਗਾ ਕੋਈ ਇੱਛਾ ਨਹੀਂ, ਜੇ ਪਹਿਲਾਂ ਹੀ ਸੰਤ ਦੀ ਇੱਛਾ ਰੱਖ ਲਈ
ਕਹਿੰਦੇ ਸਾਰੀ ਜ਼ਿੰਦਗੀ ਕੁੜਦਾ ਹੀ ਮਰ ਜਾਏਗਾ, ਬੋਲੋ ਸਤਨਾਮ। ਆਓ ਮੈਂ ਸਮਾਪਤੀ ਵੱਲ ਚੱਲਾਂ, ਸਿਰਫ ਅੱਜ ਥੋੜ੍ਹੇ ਜਿਹੇ ਮਿੰਟ, ਜਿਵੇਂ ਉਹ ਕਹਿੰਦੇ ਹੁੰਦੇ ਆ ਨਾ, ਹੁਣ ਤੇਲ ਦੀ ਕੀਮਤਾਂ ਤਾਂ ਵਧਾਈਆਂ ਨੇ ਕੇਂਦਰ ਸਰਕਾਰ ਨੇ, ਗੈਸ ਦੀਆਂ ਕੀਮਤਾਂ ਵੱਧ ਗਈਆਂ, ਜਿਹੜਾ ਹੁਣ ਕੱਲ੍ਹ ਨੂੰ ਸਾਧ ਸੰਗਤ ਜਾਮ ਲੱਗਣਾ ਉਹ ਤੁਹਾਡੇ ਤੇ ਸਾਡੇ ਵਰਗੇ ਪਬਲਿਕ ਨੇ ਦੁਖੀ ਹੋ ਜਾਣਾ, ਬੋਲੋ ਸਤਨਾਮ। ਵਾਹਿਗੁਰੂ। ਹੁਣ ਸਾਡਾ 15 ਮਿੰਟ ਦਾ ਸਮਾਂ ਤਾਂ ਉੱਚਾ ਲਾਤਾ ਬਾਬਾ ਰਣਜੀਤ ਸਿੰਘ ਆਗਰੇ ਵਾਲਿਆਂ ਨੇ, ਤੇ ਸਤਸੰਗ ਜੀ ਭੁਗਤਣਾ ਤੁਹਾਨੂੰ ਪੈ ਗਿਆ, ਬੋਲੋ ਸਤਨਾਮ। ਸੋ ਇਸ ਕਰਕੇ ਚਲੋ ਇਹ ਲੇਖੇ ਵਿੱਚ ਹੈ, ਇਹ ਲੇਖੇ ਵਿੱਚ ਹੈ। ਤੇ ਸਾਧ ਸੰਗਤ ਉਸੇ ਸਮੇਂ ਅੱਜ ਸਰੋਵਰ ਦੀ ਸੇਵਾ ਚੱਲਦੀ ਹੈ, ਬਾਬਾ ਈਸ਼ਰ ਸਿੰਘ ਮਹਾਰਾਜ ਜੀ ਬੈਠੇ ਨੇ ਤੇ ਬਾਬਾ ਜੀ ਸਿਆੜ ਸਾਹਿਬ ਵਾਲੇ ਉਹਨਾਂ ਦੇ ਚਰਨਾਂ ਵਿੱਚ ਆਏ। ਬਾਬਾ ਈਸ਼ਰ ਸਿੰਘ ਮਹਾਰਾਜ ਜੀ ਕਹਿੰਦੇ ਕਿਵੇਂ ਆਉਣੇ ਹੋਏ, ਕਹਿੰਦੇ ਜੀ ਆਪ ਜੀ ਦਾ ਹੁਕਮ ਹੋਵੇ ਮੈਂ 10-12 ਦਿਨ ਸਿਆੜ ਜਾਇਆ ਵਾਂ, ਜੇ ਆਪ ਜੀ ਦਾ ਹੁਕਮ ਹੋਵੇ ਮੈਂ 10-12 ਦਿਨ ਸਿਆੜ ਜਾਇਆ ਵਾਂ, ਮੈਂ ਲੜਕੇ ਨੂੰ ਤੋਰ ਕੇ ਆਉਣਾ। ਹੁਣ ਸੇਵਾਦਾਰ ਵੀ ਆਲੇ ਦੁਆਲੇ ਖੜ੍ਹੇ ਨੇ ਤੇ ਸਾਧ ਸੰਗਤ ਉਹਨਾਂ ਦੇ ਮਨ ਵਿੱਚ ਆਇਆ ਵੀ ਕਿਤੇ ਬਾਹਰ ਜਾਣਾ ਹੋਣਾ ਜਾਂ ਕੋਈ ਹੋਰ ਵਿਹਾਰ ਹੋਣਾ। ਹੁਣ ਇਹ ਰਮਜ ਨੂੰ ਜਿਹੜੇ ਰਮਜ ਬਾਬਾ ਜੀ ਸਿਆੜ ਸਾਹਿਬ ਵਾਲੇ ਨੇ ਮਾਰੀ, ਇਹ ਰਮਜ ਸਮਝੀ ਤਾਂ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ। ਅੱਜ ਸਿਆੜ ਦੀ ਧਰਤੀ ਤੇ ਆ ਗਏ ਤੇ ਜੋ ਬਾਬਾ ਜੀਆਂ ਦੇ ਦੂਸਰੇ ਲੜਕੇ ਭਾਈ ਜਗਤ ਸਿੰਘ ਜੀ ਸੀ, ਉਹ ਬਾਬਾ ਜੀਆਂ ਨੇ ਕੋਲ ਬੁਲਾ ਕੇ ਤੇ ਸਾਧ ਸੰਗਤ ਜਦੋਂ ਕੋਲ ਆ ਗਏ ਨਾ ਬਾਬਾ ਜੀਆਂ ਦੇ, ਤੇ ਬਾਬਾ ਜੀਆਂ ਦੇ ਕੋਲ ਬੈਠ ਕੇ ਸਰੀਰ ਤਿਆਗ ਤਾ, ਬੋਲੋ ਸਤਨਾਮ। ਵਾਹਿਗੁਰੂ। ਸਰੀਰ ਤਿਆਗ ਦਿੱਤਾ ਬਾਬਾ ਜੀ ਦੇ ਵੱਡੇ ਪੋਤਰੇ ਤੇ ਸਾਧ ਸੰਗਤ ਜਿਹੜੇ ਕੈਨੇਡਾ ਦੀ ਧਰਤੀ ਤੇ ਸਰੀਰ ਛੱਡਿਆ, ਤੇ ਬਾਬਾ ਜੀ ਨੇ ਉਦੋਂ ਕੋਈ ਰੋਸ ਨਹੀਂ ਕੀਤਾ, ਕਹਿੰਦੇ ਗੁਰਮੁਖ ਕਿਸੇ ਦੇ ਪਰਉਪਕਾਰ ਕਰਨ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਗਿਆ। ਤੇ ਜਦੋਂ ਸਾਧ ਸੰਗਤ ਜੀ ਭਾਈ ਜਗਤ ਸਿੰਘ ਜੀ ਨੇ ਸਿਆੜ ਦੀ ਧਰਤੀ ਤੇ ਸਿਰੀ ਛੱਡਿਆ, ਸਿਰ ਛੱਡਣ ਤੋਂ ਬਾਅਦ ਸੰਸਕਾਰ ਵੀ ਹੋ ਗਿਆ, ਫਿਰ ਸਾਧ ਸੰਗਤ ਜੀ ਬਾਣੀ ਦੇ ਪ੍ਰਵਾਹ ਚੱਲੇ। ਅੱਜ ਉਹਨਾਂ ਦੇ ਜਿਵੇਂ ਅੰਤਮ ਅਰਦਾਸ ਕਹਿੰਦੇ ਆ, ਭੋਗ ਸੀ, ਜਦੋਂ ਭੋਗ ਪੈ ਰਿਹਾ ਸੀ ਸੰਗਤ ਜੁੜੀ ਹੋਈ ਸੀ, ਉੱਥੇ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਆ ਗਏ, ਬੋਲੋ ਸਤਨਾਮ। ਵਾਹਿਗੁਰੂ। ਇਹ ਬਚਨ ਦਾਸ ਨੂੰ ਬਾਬਾ ਜੀਆਂ ਦੇ ਲਗਤਾ ਜਿਗਰ ਭਾਈ ਸੇਵਾ ਸਿੰਘ ਜੀਆਂ ਨੇ ਸੁਣਾਇਆ। ਕਹਿੰਦੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਆਏ, ਜਦੋਂ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਆਂਦੇ ਮੈਂ ਸਾਹਮਣੇ ਰੱਖਿਆ, ਖੜ ਕੇ ਬਚਨ ਕਰਿਆ ਕਰਦੇ ਸਨ, ਕਦੇ ਬੈਠ ਕੇ ਆਪਣੀ ਮੌਜ ਵਿੱਚ। ਕਹਿੰਦੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ ਆਖਿਆ ਸੀ, ਤੱਤੀਆਂ ਤਵੀਆਂ ਤੇ ਬੈਠ ਕੇ ਥੱਲੇ ਭੱਠ ਵਲਦਾ, ਉੱਪਰ ਗਰਮ ਰੇਤਾ ਪੈਂਦਾ ਹੈ, ਤੇ ਕਿਸੇ ਨੂੰ ਦੋਸ਼ ਨਹੀਂ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਤੇ ਜੇ ਰਸਨਾ ਤੋਂ ਨਿਕਲਿਆ ਇੱਕੋ ਹੀ ਵਚਨ ਨਿਕਲਿਆ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੇ। ਕਹਿੰਦੇ ਅੱਜ ਇਸ਼ਾਰਾ ਕੀਤਾ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਵੱਲ,
ਕਹਿੰਦੇ ਭਾਵੇਂ ਕੋਲ ਬੁਲਾ ਕੇ ਆਪਣੇ ਲਖਤਾ ਜਿਗਰ ਪੁੱਤਰ ਨੂੰ ਤੋਰਿਆ, ਪਰ ਉਹਨਾਂ ਦੀ ਰਸਨਾ ਦੇ ਹਿਰਦੇ 'ਚ ਵੀ ਕੋਈ ਵਾਸਾ ਹੈ। ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ ਜੀ, ਮਿੱਠਾ ਲੱਗਦਾ ਗੁਰੂ ਜੀ ਤੇਰਾ, ਗੁਰੂ ਜੀ ਲੱਗਦਾ ਗੁਰੂ ਜੀ ਤੇਰਾ ਪਾਣਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ ਜੀ, ਮਿੱਠਾ ਲੱਗਦਾ ਲੱਗਦਾ ਗੁਰੂ ਜੀ ਤੇਰਾ ਪਾਣਾ ਜੀ, ਮਿੱਠਾ ਲੱਗਦਾ ਲੱਗਦਾ ਗੁਰੂ ਜੀ ਤੇਰਾ ਪਾਣਾ, ਮਿੱਠਾ ਲੱਗਦਾ ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ ਜੀ, ਮਿੱਠਾ ਲੱਗਦਾ ਤੇਰਾ ਪਾਣਾ ਮਿੱਠਾ ਲੱਗਦਾ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ, ਨਾਨਕ ਮੰਗੈ। ਬਾਬਾ ਈਸ਼ਰ ਸਿੰਘ ਮਹਾਰਾਜ ਜੀ ਕਹਿੰਦੇ ਤੁਸੀਂ ਇਤਿਹਾਸ ਪੜ੍ਹਦੇ ਹੋ, ਸਾਖੀਆਂ ਸਰਵਣ ਕਰਦੇ ਹੋ, ਇੱਕ ਪਾਸੇ ਜੰਡ ਚੜ੍ਹਨੀ ਸੀ, ਇੱਕ ਪਾਸੇ ਗੋਦੜੀ ਸਿਉਂ ਰਿਹਾ ਸੀ, ਉਹ ਕੌਣ ਸੀ? ਉਹ ਭਾਈ ਭਿਖਾਰੀ। ਇਹ ਤੁਸੀਂ ਇਤਿਹਾਸ ਸੁਣਿਆ ਸੀ, ਅੱਜ ਭਾਈ ਭਿਖਾਰੀ ਦੇ ਦਰਸ਼ਨ ਕਰਨੇ ਨੇ, ਆ ਸਾਹਮਣੇ ਕਰ ਲਓ, ਬੋਲੋ ਸਤਨਾਮ ਵਾਹਿਗੁਰੂ। ਬਾਬਾ ਜੀ ਸਿਆੜ ਸਾਹਿਬ ਵਾਲਿਆਂ ਵੱਲ ਇਸ਼ਾਰਾ ਕਰਕੇ ਕਹਿੰਦੇ ਭਾਈ ਭਿਖਾਰੀ ਦੇ ਦਰਸ਼ਨ ਕਰਨੇ ਨੇ ਤਾਂ ਆ ਸਾਹਮਣੇ ਕਰ ਲਓ। ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਕਬੀਰ ਦਾ ਰੂਪ ਦੱਸਿਆ, ਦੀਦਾਰ ਦੱਸੇ, ਤੇ ਬਾਬਾ ਈਸ਼ਰ ਸਿੰਘ ਮਹਾਰਾਜ ਜੀਆਂ ਨੇ ਭਾਈ ਭਿਖਾਰੀ ਦਾ ਦਰਜਾ ਦਿੱਤਾ। ਤੋਂ ਇਤਿਹਾਸ ਬਹੁਤ ਲੰਬਾ ਹੈ। ਆਓ ਸਾਧ ਸੰਗਤ, ਉਹ ਮਹਾਂਪੁਰਖਾਂ ਦੀ ਆਪਾਂ ਯਾਦ ਵਿੱਚ ਜੁੜ ਬੈਠੇ ਹਾਂ, ਬਾਬਾ ਜੀਆਂ ਦਾ ਅਮਰ ਇਤਿਹਾਸ। ਤੇ ਸਾਧ ਸੰਗਤ, ਕਹਿ ਬੇਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਹੁਣ ਸਮਾਂ ਯਾਦ ਨਹੀਂ ਦਿੰਦਾ, ਪਹਿਲੇ ਸਮਾਂ ਬਹੁਤ ਉੱਚਾ ਹੋ ਗਿਆ। ਬਾਬਾ ਜੀ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਆਪਣੇ ਬਣਾ ਲੈਣ। ਅਤੇ ਸਾਡਾ ਫਰਜ਼ ਬਣਦਾ ਅਸੀਂ ਮਹਾਂਪੁਰਖਾਂ ਦੀਆਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਅਸੀਂ ਮਹਾਂਪੁਰਖਾਂ ਦੇ ਜੀਵਨ ਤੋਂ ਆਪਣੇ ਜੀਵਨ ਦੀ ਜਾਂਚ ਸਿੱਖ ਲਈਏ ਕਿ ਬਾਬਾ ਜੀਆਂ ਨੇ ਕੈਸਾ ਕੈਸਾ ਜੀਵਨ ਨਿਸ਼ਾਵਰ ਕੀਤਾ, ਜੇ ਦੀਦਾਰ ਕੀਤੇ ਤੇ ਉਹਦੇ ਬਣ ਗਏ ਨੇ। ਤੇ ਅੱਜ ਜੇ ਸਾਧ ਸੰਗਤ ਜੀ ਸਾਨੂੰ ਮਨੁੱਖਾ ਜਨਮ ਮਿਲਿਆ, ਅਸੀਂ ਵੀ ਗੁਰੂ ਵਾਲੇ ਬਣ ਜਾਈਏ। ਜੇ ਗੁਰੂ ਵਾਲੇ ਬਣੇ ਤੇ ਸਾਧ ਸੰਗਤ ਅੱਜ ਦੁਨੀਆਂ ਤੇ ਜੈ ਜੈਕਾਰ ਹੁੰਦੀ ਹੈ। ਜੇ ਅਸੀਂ ਗੁਰੂ ਵਾਲੇ ਬਣ ਕੇ ਅਸੀਂ ਕਮਾਈਆਂ ਕਰ ਜਾਵਾਂਗੇ, ਕੱਲ ਨੂੰ ਸਾਡੀ ਵੀ ਸੰਸਾਰ ਦੇ ਉੱਪਰ ਜੈ ਜੈਕਾਰ ਹੋਵੇਗੀ। ਵੱਲੋ ਸਤਨਾਮ ਵਾਹਿਗੁਰੂ। ਬਸ ਇੰਨੀ ਹਾਜ਼ਰੀ ਪ੍ਰਵਾਨ ਕਰੋ। ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ।
ਜਿਹੜੇ ਆਪਣੀਆਂ ਪਰ ਅਪਾਰ ਬਖਸ਼ਿਸ਼ ਕਰਕੇ ਆਪਾਂ ਸਾਰਿਆਂ ਨੂੰ ਇੱਕ ਸਤਸੰਗ ਦੀਆਂ ਘੜੀਆਂ ਵਿੱਚ ਇੱਕ ਆਨੰਦ ਦਵਾ ਰਹੇ ਨੇ। ਧੰਨਵਾਦ ਹੈ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਇਸ ਪਾਵਨ ਸਥਾਨ ਦੇ ਉੱਪਰ ਵਾਰਿਕ ਚਰਨ ਪਾਏ ਨੇ। ਇਸੇ ਤਰ੍ਹਾਂ ਅਰਦਾਸ ਬੇਨਤੀ ਹੈ, ਬਾਬਾ ਜੀ ਕਿਰਪਾ ਕਰਿਓ ਜੇ ਇਸ ਮਾਤ ਲੋਕ ਦੇ ਉੱਪਰ ਆਪ ਜੀ ਪਿਆਰ ਬਖਸ਼ ਦਿਓ ਅਤੇ ਬਸ ਅੰਤ ਸਵਾਸਾਂ ਤੱਕ ਰਹਿੰਦੀ ਸਵਾਸਾਂ ਤੱਕ ਆਪ ਜੀ ਇਸੇ ਤਰ੍ਹਾਂ ਪਿਆਰ ਦਿਓ। ਤੁਹਾਡੇ ਅਸੀਸਾਂ ਬਖਸ਼ਿਸ਼ਾਂ ਦੁਆਰਾ ਹੀ ਇਸ ਸੰਸਾਰ ਦੇ ਵਿੱਚ ਯਾਤਰਾ ਸਫਲੀ ਹੋ ਜਾਵੇ। ਬੋਲੋ ਸਤਨਾਮ ਵਾਹਿਗੁਰੂ। ਸਭ ਧਰਮਾਂ ਦਾ ਸਤਿਕਾਰ ਕਰੀਏ, ਆਪਣੇ ਧਰਮ ਨਾਲ ਪਿਆਰ ਕਰੀਏ, ਬਾਣੀ ਬਾਣੀ ਵਿੱਚ ਪਰਪੱਕ ਗੁਰ ਸ਼ਬਦ ਦੀ ਕਰੀਏ ਕਮਾਈ, ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਸ਼ੀਰਵਾਦ ਬਖਸ਼ ਦੇਣੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।